आप विच ना लो ठीक है ना, जे असी चढ़ाने आ गए अभी बाई सीधी ठीक है ना वीरे। ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਮੈਂ ਬੜੇ ਉੱਚੇ ਖਾਨਦਾਨ ਦਾ, ਮੇਰਾ ਪਰਿਵਾਰ ਬੜਾ ਉੱਚਾ ਹੈ, ਤਾਂ ਕੀ ਤੁਹਾਨੂੰ ਉਹ ਪਰਿਵਾਰ ਉਹ ਖਾਨਦਾਨ ਐਸੀ ਸਭਿਅਤਾ ਦਿੰਦਾ ਹੈ ਕਿ ਤੁਸੀਂ ਇਸ ਤਰ੍ਹਾਂ ਦੀ ਭਾਸ਼ਾ ਵਰਤੋ? ਕੱਲ ਨੂੰ ਜੇਕਰ ਉਹਨਾਂ ਦੇ ਫੈਨਸ ਦੇ ਵਿੱਚੋਂ ਜਾਂ ਉਹਨਾਂ ਦੇ ਸ਼ਖਸ ਪੱਖੋਂ ਸਾਡੇ ਕਿਸੇ ਪੱਤਰਕਾਰ ਭਰਾ ਦੇ ਉੱਤੇ ਸਾਡੇ ਉੱਤੇ ਕੋਈ ਵੀ ਹਮਲਾ ਹੁੰਦਾ ਵਾ ਜਾਂ ਕਿਸੇ ਤਰੀਕੇ ਸਾਨੂੰ ਸੱਟ ਪਹੁੰਚਦੀ ਹੈ, ਤਾਂ ਅਸੀਂ ਉਸਦਾ ਸਿੱਧਾ ਸਿੱਧਾ ਜ਼ਿੰਮੇਵਾਰ ਸਿੱਧੂ ਮੂਸੇ ਵਾਲੇ ਨੂੰ ਕਹਾਂਗੇ। ਕਾਨੂੰਨ ਦੋਹਰਾ ਨਹੀਂ ਹੋਣਾ ਚਾਹੀਦਾ ਤੁਹਾਡੇ ਜਾਂ ਮੇਰੇ ਵਾਸਤੇ, ਹੋਰ ਤੇ ਉਹਦੇ ਵਾਸਤੇ ਹੋਰ ਨਹੀਂ ਹੋਣਾ ਚਾਹੀਦਾ। ਜਾਂ ਤਾਂ ਜੇ ਹੋਰ ਹੈ ਤਾਂ ਫਿਰ ਜਾਂ ਕੋਈ ਪੋਲੀਟੀਕਲ ਬੈਕਿੰਗ ਹੈ ਤੇ ਜਾਂ ਕਿਸੇ ਸੀਨੀਅਰ ਪੁਲਿਸ ਅਫੀਸ਼ਲ ਦੀ ਬੈਕਿੰਗ ਹੈ। ਵਿਵਾਦਾਂ ਵਿੱਚ ਰਹਿਣ ਵਾਲੇ ਸਿੱਧੂ ਮੂਸੇਵਾਲ ਨੇ ਇੱਕ ਵਾਰ ਫਿਰ ਵਿਵਾਦ ਖੜਾ ਕੀਤਾ ਹੈ। ਇਸ ਵਾਰ ਉਸਨੇ ਮੀਡੀਆ ਨੂੰ ਜੋ ਹੈ ਖਿਲਾਫ ਜਿਹੜਾ ਕਈ ਗਲਤ ਸ਼ਬਦ ਜਿਹੜੇ ਇਸਤੇਮਾਲ ਕੀਤੇ ਨੇ ਉਹਨਾਂ ਨੂੰ ਇੱਕ ਧਮਕੀ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਚੈਨਲ ਜਿਹੜੇ ਬੰਦ ਕਰਾ ਦਿੱਤੇ ਜਾਣਗੇ ਜਾਂ ਫਿਰ ਜਿਹੜੇ ਪੱਤਰਕਾਰ ਨੇ ਉਹ ਉਹਨਾਂ ਨੂੰ ਸਬਕ ਸਿਖਾਉਣ ਦੀ ਗੱਲ ਕੀਤੀ ਗਈ ਹੈ। ਉਹਨਾਂ ਨੇ ਆਪਣੇ ਫੈਨਸ ਜਿਹੜੇ ਨੇ ਉਹਨਾਂ ਦੇ ਉਹਨਾਂ ਨੂੰ ਵੀ ਜੋ ਹੈ ਉਕਸਾਉਣ ਵਾਲੀ ਗੱਲ ਕੀਤੀ ਹੈ ਕਿ ਉਹ ਮੀਡੀਆ ਨੂੰ ਸਬਕ ਸਿਖਾਉਣ। ਅੱਜ ਜਿਹੜੇ ਲੁਧਿਆਣੇ ਦੇ ਪੱਤਰਕਾਰ ਭਾਈਚਾਰਾ ਉਹਨਾਂ ਨੇ ਜੋ ਹੈ ਸੀਪੀ ਸਾਹਿਬ ਨੂੰ ਇੱਕ ਕੰਪਲੇਂਟ ਕੀਤੀ ਉਹਨਾਂ ਦੇ ਖਿਲਾਫ ਕਿ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇ। ਗੱਲਬਾਤ ਕਰਦੇ ਹਾਂ ਪੱਤਰਕਾਰ ਭਾਈਚਾਰੇ ਨਾਲ ਕਿ ਕਿਸ ਤਰ੍ਹਾਂ ਦੀ ਕਾਰਵਾਈ ਉਹ ਚਾਹੁੰਦੇ ਨੇ ਅਤੇ ਕਿਉਂ ਜਿਹੜਾ ਆਸ਼ਵਾਸਨ ਉਹਨਾਂ ਨੂੰ ਮਿਲਿਆ ਕਿਸ ਤਰ੍ਹਾਂ ਦਾ ਆਸ਼ਵਾਸਨ ਦਿੱਤਾ ਗਿਆ। ਬਿਲਕੁਲ, ਜਿਹੜਾ ਇੱਕ ਕਲਾਕਾਰ ਹੈਗਾ ਮੈਂ ਤਾਂ ਨੌ ਲੈਣਾ ਵੀ ਪਸੰਦ ਨਹੀਂ ਕਰੂੰਗਾ। ਜਿਹੜਾ ਇੱਕ ਚੌਥੇ ਸਤੰਭ ਨੂੰ ਗਲਤ ਬੋਲਦਾ ਪਿਆ ਹੈਗਾ, ਹਮੇਸ਼ਾ ਹੀ ਮੀਡੀਆ ਹੀ ਕਿਸੇ ਬੰਦੇ ਨੂੰ ਬਣਾਉਂਦੀ ਆ, ਹਮੇਸ਼ਾ ਹੀ ਜੇਕਰ ਚੰਗੀਆਂ ਗੱਲਾਂ ਹੁੰਦੀਆਂ ਨੇ ਉਹ ਵੀ ਸਾਹਮਣੇ ਮੀਡੀਆ ਹੀ ਰੱਖਦੀ ਹੈ, ਜੇ ਕੋਈ ਮਾੜੀਆਂ ਗੱਲਾਂ ਹੁੰਦੀਆਂ ਨੇ ਉਹ ਵੀ ਮੀਡੀਆ ਹੀ ਰੱਖਦੀ ਆ। ਲੇਕਿਨ ਹੁਣ ਮੀਡੀਆ ਦੇ ਉੱਤੇ ਹੀ ਜਿਹੜਾ ਇਸ ਤਰ੍ਹਾਂ ਦਾ ਟ੍ਰੋਲ ਕਰਨਾ ਜਾਂ ਮਾੜੀ ਸ਼ਬਦਾਵਲੀ ਵਰਤਣੀ ਇਹ ਬਹੁਤ ਗਲਤ ਆ, ਨਹੀਂ ਇਸ ਤਰ੍ਹਾਂ ਕਰਨਾ ਚਾਹੀਦਾ। ਕੋਈ ਵੀ ਕਲਾਕਾਰ ਆ, ਚਾਹੇ ਮੈਂ ਇਹ ਨਹੀਂ ਕਹੂੰਗਾ ਵੀ ਜਿਹੜਾ ਇਹ ਇੱਕ ਬਠਿੰਡੇ ਸਾਈਡ ਦਾ ਕਲਾਕਾਰ ਆ, ਇੱਕ ਜਿਹੜਾ ਕਿ ਅੱਜ ਕੱਲ੍ਹ ਕਾਫੀ ਲੋਕਾਂ ਦੇ ਵਿੱਚ ਆਪਣਾ ਨੂੰ ਫੇਮਸ ਕਹਿੰਦਾ, ਨਹੀਂ ਇਹ ਜਿਹੜੀ ਹੈ ਇਹ ਚੜ੍ਹਾਈਆਂ ਸਾਰੀ ਉਮਰ ਨਹੀਂ ਰਹਿੰਦੀਆਂ ਹੁੰਦੀਆਂ, ਜੇਕਰ ਉਹਦੇ ਸੋਸ਼ਲ ਮੀਡੀਆ 'ਤੇ ਵੀ ਇੰਨੇ ਫੈਨ ਨੇ, ਨਹੀਂ ਗਲਤ ਗੱਲ ਆ। ਕਿਸੇ ਨੂੰ ਕਦੇ ਵੀ ਮਾੜਾ ਨਹੀਂ ਬੋਲਣਾ, ਖਾਸ ਕਰਕੇ ਮੀਡੀਆ ਜਦ ਹਰ ਕਿਸੇ ਦੇ ਦੁੱਖ ਦੇ ਵਿੱਚ, ਸੁੱਖ ਦੇ ਵਿੱਚ, ਮਾੜੀ ਈ ਆਫਤਾਂ ਦੇ ਵਿੱਚ ਹਮੇਸ਼ਾ ਮੀਡੀਆ ਖੜਦਾ ਹੈਗਾ, ਲੋਕ ਘਰਾਂ ਦੇ ਵਿੱਚ ਹੁੰਦੇ ਨੇ, ਮੀਡੀਆ ਜਾ ਕੇ ਕੰਮ ਕਰਦਾ ਹੈਗਾ, ਲੋਕਾਂ ਤੱਕ ਸੱਚਾਈ ਵੀ ਦਿਖਾਉਂਦਾ ਹੈਗਾ, ਲੋਕਾਂ ਤੱਕ ਸੱਚਾਈ ਦਿਖਾਉਂਦਾ ਵਾ, ਲੋਕਾਂ ਦੀਆਂ ਕੁਝ ਗੱਲਾਂ ਨੇ ਜਿਹੜੀਆਂ ਪ੍ਰਸ਼ਾਸਨ ਦੇ ਕੰਨੀ ਪਾਉਂਦਾ, ਸਰਕਾਰਾਂ ਦੇ ਕੰਨੀ ਪਾਉਂਦਾ, ਜਿਹੜੇ ਵੱਡੇ ਘੁਟਾਲੇ ਨੇ ਉਹ ਕੱਢਦਾ। ਲੇਕਿਨ ਹੁਣ ਮੀਡੀਆ 'ਤੇ ਇਸ ਤਰ੍ਹਾਂ ਅੱਖਾਂ ਕੱਢਣਗੇ ਜਿਹੜੇ ਕੁਝ ਉਹਦੇ ਫੈਨ ਫੋਲੋਅਰਸ ਨੇ ਜਾਂ ਫੇਕ ਆਈਡੀਆਂ ਬਣਾ ਕੇ ਕਮੈਂਟ ਕਰਦੇ ਨੇ, ਗਲਤ ਗੱਲ ਆ। ਜੇਕਰ ਉਹਨਾਂ 'ਤੇ ਕਦੇ ਵਿਫਤਾ ਪੈਂਦੀ ਆ ਉਹ ਹਮੇਸ਼ਾ ਮੀਡੀਆ ਕੋਲ ਜਾਂਦੇ ਨੇ, ਚਾਹੇ ਪੁਲਿਸ ਵੀ ਉਹਨਾਂ ਦਾ ਸਾਥ ਨਹੀਂ ਦਿੰਦੀ, ਮੀਡੀਆ ਇੱਕ ਇਹੋ ਜਿਹਾ ਜ਼ਰੀਆ ਹੈਗਾ ਜਿਹੜਾ ਕਿ ਹਰ ਦੇ ਦੁੱਖ ਸੁੱਖ 'ਚ ਕੱਢਦਾ। ਅੱਜ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਟ੍ਰੋਲ ਕਰਨਾ ਜਾਂ ਗਲਤ ਸ਼ਬਦਾਵਲੀ ਵਰਤਣਾ ਬਹੁਤ ਗਲਤ ਆ। ਅਸੀਂ ਅੱਜ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ, ਪੂਰੇ ਪੰਜਾਬ ਭਰ ਦੇ ਵਿੱਚ ਉਹਦੇ ਖਿਲਾਫ ਜਿਹੜੇ ਮੰਗ ਪੱਤਰ ਦਿੱਤੇ ਜਾ ਰਹੇ ਨੇ ਤੇ ਇਹ ਅਸੀਂ ਕਾਰਵਾਈ ਦੀ ਮੰਗ ਕਰਦੇ ਹਾਂ। ਅਸੀਂ ਉਹਨਾਂ ਨੂੰ ਵੀ ਇੱਕ ਵਾਰਨਿੰਗ ਵੀ ਆ ਸਾਡੀ, ਜਿਹੜੇ ਟ੍ਰੋਲ ਕਰਦੇ ਨੇ ਜਾਂ ਗਲਤ ਮੈਸੇਜ ਪਾਉਂਦੇ ਨੇ ਮੀਡੀਆ ਦਾ, ਗਲਤ ਆ, ਉਹ ਆਪਣੇ ਅੰਦਰ ਝਾਤੀ ਮਾਰਨ ਜਾਂ ਆਪਣੇ ਰਿਸ਼ਤੇਦਾਰਾਂ ਕੰਨੀ ਦੇਖਣ, ਕਿਤੇ ਨਾ ਕਿਤੇ ਮੀਡੀਆ ਦੇ ਲੋਕ ਉਹਨਾਂ ਦੇ ਕੰਮ ਆਏ ਹੋਣਗੇ, ਕਿਤੇ ਨਾ ਕਿਤੇ ਉਹਨਾਂ ਦਾ ਸਾਥ ਦਿੱਤਾ ਹੋਣਾ। ਸੋ ਇਸ ਤਰ੍ਹਾਂ ਕਰਨਾ ਗਲਤ ਆ ਜੀ ਗੁਰਕੀਟ ਨੂੰ ਆਸ਼ਵਾਸਨ ਦਿੱਤਾ ਗਿਆ। ਬਿਲਕੁਲ, ਉਹਨਾਂ ਨੇ ਇੱਕ ਸਾਈਬਰ ਕ੍ਰਾਈਮ ਦੇ ਵਿੱਚ ਇੱਕ ਇਨਕੁਆਇਰੀ ਲਾ ਦਿੱਤੀ ਹੋਈ ਆ, ਸਾਈਬਰ ਕ੍ਰਾਈਮ ਇਹਦੀ ਇਨਕੁਆਇਰੀ ਕਰੂਗਾ, ਇਨਕੁਆਇਰੀ ਤੋਂ ਬਾਅਦ ਉਹ ਕਹਿੰਦੇ ਜਿਹੜੀ ਬਣਦੀ ਆ ਉਹ ਕਾਰਵਾਈ ਕੀਤੀ ਜਾਊਗੀ। ਬਿਲਕੁਲ, ਜੋ ਹੈ ਜਿਹੜੇ ਪੱਤਰਕਾਰ ਸਾਥੀ ਜਿਹੜੇ ਸੀਪੀ ਸਾਹਿਬ ਨੂੰ ਮਿਲ ਕੇ ਆਏ ਨੇ ਉਹਨਾਂ ਵੱਲੋਂ ਕਿਹਾ ਕਿ ਉਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਕਿ ਜੋ ਹੈ ਉਹ ਮੂਸੇਵਾਲ ਦੇ ਖਿਲਾਫ ਜ਼ਰੂਰ ਕਾਰਵਾਈ ਕੀਤੀ ਜਾਏਗੀ। ਔਰ ਪੱਤਰਕਾਰ ਜਿਹੜੇ ਸਾਥੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦੀ ਮੰਗ ਜਿਹੜੇ ਕਰਦੇ ਨੇ, ਕੀ ਕਹਿਣਾ ਚਾਹੋਗੇ? देखो, आज ये मीडिया के ऊपर हमला है, मीडिया जितने भी लुधियाना के इलेक्ट्रॉनिक और प्रिंट मीडिया सारे लोगों ने आज कमिश्नर को ये मांग पत्र दिया है और शिकायत दर्ज कराई है कि अपनी जो ये सिद्धू मूसेवाला जो कलाकार है, जो सिंगर है, उसके ऊपर कार्रवाई होनी चाहिए। जिस तरह मीडिया के ऊपर हमला करना वो चीज़ें बिल्कुल गलत है, नहीं होनी चाहिए। पूरी इंडिया में मीडिया बहुत अच्छे तरीके से काम करता है, कोई भी चाहे भूकंप आया हो, चाहे ये कोरोना वायरस आया हो, लेकिन जो मीडिया का रोल अहम होता है वो ग्राउंड जीरो पे जा कर के वर्किंग करता है और अपनी जान की बाजी लगा करके फील्ड में जा कर के काम करता है, पुलिस के साथ प्रशासन के साथ मिल के काम करता है। लेकिन जब भी कोई बात आती है मीडिया पे तुरंत उंगली उठा देता कोई भी बंदा, चाहे कोई कलाकार है, चाहे वो कोई नेता है। ये चीज़ें बिल्कुल गलत है, नहीं होनी चाहिए। जो भी मीडिया के ऊपर कोई भी अटैक करता और कोई भी गलत वर्ड यूज़ करता तो उसके ऊपर कानूनी कार्रवाई सख्त से सख्त होनी चाहिए। जिस तरह से आज इन्होंने कमिश्नर को ज्ञापन दिया है तो मुझे उम्मीद है, खुद एक मैं जर्नलिस्ट हूँ, तो कमिश्नर साहब बहुत जल्द से जल्द उसके ऊपर कार्रवाई करेंगे।
बिल्कुल ठीक गल है, अक्सर विवाद होंगे तो कंप्लेंट्स भी हुई ने उन्होंने खिलाफ दर्ज, एस आई टी भी बनी है। एस आई टी कौन बना, डी जी पी जो पुलिस का मुखी है, पर सानू समझ नहीं आती भी कि एक डी जी पी तो उपर हो गया सिद्धू मूसेवाला कि जी डी जी पी वालों एस आई टी बनाई जाती है, मुख्यमंत्री आदेश देंगे ने कि सिद्धू मूसेवाला खिलाफ कार्रवाई की जाए। यह सारा मैंने लगता है कि यह मुख्यमंत्री या डी जी पी या उन्होंने अफसर चैलेंज है जो एस आई टी के कि वो खिलाफ कार्रवाई क्यों नहीं होंगी। अगर कोई आम इंसान फेसबुक से कोई गलत फोटो पा देता है ज कुछ भड़काऊ बयान दे देता है तो मेरे ख्याल हार्डली 10 तो 15 मिनट नहीं लगते पुलिस वाले उन्होंने भी चक लेंगे तो परिवार को भी चक लेंगे। लेकिन सिद्धू मूसेवाला एक सोशल मीडिया की दुरवरतों करता है, साड़ी नौजवान पीढ़ी को गलत रस्ते पाता है तो उस तो बाद भड़का अपने फैंस में कि तुम लड़ाई झगड़े करो, मेरी मार कुटमार करो मेरे पिछे लग के, तो यह बड़ा खतरनाक है जी साड़ी नौजवान पीढ़ी में। यह सोशल मीडिया का भी मिसयूज है तो उस तो बाद जो भड़का रहे लोगों तो मेरे हिसाब से इतने कार्रवाई करनी चाहिए। जिहड़ियां पहलियां भी कंप्लेंट्स है इतने कोई शैल्टर नहीं होना चाहिए किसी को, तो चाहे वह पर लेकिन सानू भी पता नहीं क्यों नहीं समझ आ रही भी की मजबूरी है पुलिस नूं, ते मैं समझदा साडी इह मंग नहीं है पुलिस नूं चैलेंज ही है कि वह क्यों नहीं कार्रवाई की जा रही। सिद्धू लुधियाना विच पहले पिछली बार जो एक डेट से आए थे तां वी पत्रकारां नाल थोड़ी बहुत सुलकी की गई थी, तो लगातार इस तरह के मामले आ रहे हैं हुण जिहड़ा जिस तरह उन्होंने फैंस नूं भड़काया कि पत्रकारां नाल मारकुट करन तक की गल की गई है, तो कितने ना कितने कितनी कोई सुरक्षा महसूस कर होनी चाहिए साडी। देखो पत्रकारां दी जे असीं गल करिए असीं तां लोकां दे नुमाइंदे आ, असीं लोकां दी आवाज़ उठाने आ। असीं देखिआ जदों सिद्धू मूसेवाला दे खिलाफ कंप्लेंट होई इत्थे आए आ वो शरेआम पुलिस के थाने के उत्थे ए सी पी के ऑफिस के भड़का के गए ने, गलत बोल के गए ने, पर सानू यह नहीं समझ आती कि उहदियां वीडियो रिकॉर्डिंग होने के बाद सारे प्रूफ होने के बाद एविडेंस होने के बाद पुलिस क्यों नहीं कार्रवाई करती। तो मैं तो यही बार बार यही कहूँगा कि पुलिस को ही चैलेंज है भी वो तुहाडे सामने मतलब द्वारा वो सोशल मीडिया से मिसयूज करता, वो भड़कांदा तुहाडे नाकियां तो निकल जाता है तो पता नहीं क्यों तुहाडी मजबूरी बन जाती है। शायद तुसीं कोई वड्डे घटनाक्रम दे इंतजार करते होवोगे कि वो पिछले लग के फैनस वॉयलेंस करन ते वो शायद उस तो बाद ही कोई पुलिस कार्रवाई करे। बिल्कुल जो है पत्रकार जी ये सवाल चुक रहे हैं कि मूसेवाल कई बार जो है विवाद कर चुके हैं लेकिन पुलिस जो है कार्रवाई करने बजाय उन्होंने बचाती नजर आती है। कुछ और साथी पत्रकार साढ़े नाल उन्होंने भी गलबात करते हैं कि उन्होंने की विचार है, की कहना चाहोगे जो तुम अज कंप्लेट करके आए हो किस तरह का जो लगातार जो मूसेवाल विवादा किरदा रहा है तो हूँ ऐतकी पत्रकार अटैक करने तक की गल उन्होंने अपने फैंस न कही है इस तरह। बिल्कुल सिद्धू मूसेवाला एक अच्छा सिंगर जरूर है, असं इस चीज़ को कहने हैं मानते भी हैं, पर उसके नाल जिहड़ा उसने पहले पहल जिहड़ी गन कल्चर नू प्रमोट किया वै वह गलत है। असी पत्रकार पत्रकारिता और पत्रकार एक वो आईना हुंदा वै जिहड़ा कि समाज के अगे गलत चीज़ों नू अच्छिया चीज़ों नू हरेक उस चीज़ नू सामने रखता वै कि जिहड़ा कि लोगों वास्ते जरूरी है, लोगों नू हर चीज़ के बारे जानना बहुत जरूरी हुंदा वै, तो असी उही अपना फर्ज अदा कर रहे हैं। पर सिद्धू मूसेवाले को शायद उस वो आईना बर्दाश्त नहीं हो रहा क्योंकि वह अपनी शकल देखना नहीं चाहता, क्योंकि असी सिर्फ अपने तौर पर उन्होंने दिखाना चाहते कि तू गलत जो गलत कर रहा तू गलत कर रहा, जेकर वो अच्छा काम करता तो असं अच्छा काम भी दिखाने, असी उस साड़ी वेद कोई निजी कोई दुश्मनी नहीं हैगी है, पर सीधे तौर पर साढ़े हम निजी दुश्मनी कड़ रहा है। शनिवार के दिन उसने एक जो वीडियो वायरल किया उस सीधे सीधे तौर पर सानू पूरी मीडिया नू टारगेट किया वा, उन्होंने टारगेट किया अपने फैंस नू भड़काने की कोशिश की कि मारकुट पत्रकारों ने मारकुट करन दी भी गल उन्हें आखी कि इन्हों सबक सिखाओ, तो कितना को असुरक्षित महसूस करते हैं पत्रकार। बिल्कुल इस कोई दो राय नहीं हैगी है कि जिस तरीके उन्होंने फैन फॉलोइंग ज़्यादा हैगी है, और कल नू जेकर उन्होंने फैनस के विचों या उन्होंने शख्स पक्षों साडे किसी पत्रकार भरा उत्ते साडे उत्ते कोई भी हमला हुंदा वा या किसी तरीके सानू सट पहुँचती है तो असी उसका सीधा सीधा जिम्मेवार सिद्धू मूसेवाले नू कहांगे, और सिद्धू मूसेवाले के उत्ते खिलाफ जिहड़ी कार्रवाई है बनती कार्रवाई होनी भी चाहिए है। पता नहीं पंजाब पुलिस इसके खिलाफ क्यों कार्रवाई नहीं कर रही। पहली गल तो यह है कि जिस तरह की भाषा का इस्तेमाल उन्हें किया एक्सैप्टेबल नहीं है, किसी अगे इस तरह की भाषा वरतनी भाषा बोलनी वो जायज़ नहीं है। तुहाड़े तुसी एक पासे कह रहे हो कि मैं बड़े उच्चे खानदान का मेरा परिवार बड़ा उच्चा है, तो की थोनू वो परिवार वो खानदान ऐसी ऐसी सभ्यता दिंदा कि तुसी इस तरह की भाषा वरतो। दूसरा यह है साडा कि वह बंदा सिर्फ कानून नू शरेआम कह रहा जो मेरा हो सकता कर लो, तो असी एक कॉन्स्टिट्यूशन के तहत चलन वाले मुल्क दे विच कानून नू मनन वाले मुल्क दे विच रहने हां, कानून दोहरा नहीं होना चाहिए तुहाडे या मेरे वास्ते होर ते उहदे वास्ते होर नहीं होना चाहिए, या तो जे होर है तो फिर या कोई पोलीटिकल बैकिंग है तो या किसी सीनियर पुलिस ऑफिशियल की बैकिंग है, जे नहीं है ऐसी गल तो फिर पुलिस कार्रवाई क्यों नहीं करती। साडा यह सवाल है कि एक बंदा शरेआम लाइव बैठा है
ਉਹਦੇ ਫੋਨ ਚੱਲ ਰਹੇ ਤੇ ਪੁਲਿਸ ਨੂੰ ਪਤਾ ਨਹੀਂ ਆ ਉਹ ਕਿੱਥੇ ਆ। ਦੂਸਰਾ ਸੀ ਕਿ ਭਾਸ਼ਾ ਜਿਹੜੀ ਵਰਤੀ ਗਈ ਉਹ ਬਿਲਕੁਲ ਠੀਕ ਨਹੀਂ ਸੀ। ਜੇ ਉਹਨੂੰ ਕੋਈ ਕਿਸੇ ਮੀਡੀਆ ਦੇ ਨਾਲ ਕੋਈ ਪ੍ਰੋਬਲਮ ਸੀ, ਜੇ ਕਿਸੇ ਖਬਰ ਦੇ ਉੱਤੇ ਕੋਈ ਪ੍ਰੋਬਲਮ ਸੀ ਤਾਂ ਉਹਦੇ ਪ੍ਰੋਟੈਸਟ ਜ਼ਾਹਰ ਕਰਨ ਦਾ ਤਰੀਕਾ ਹੁੰਦਾ ਇੱਕ। ਇਹ ਨਹੀਂ ਹੈ ਕਿ ਤੁਸੀਂ ਪੂਰੇ ਹਜੂਮ ਨੂੰ ਕਹਿ ਰਹੇ ਹੋ ਕਿ ਅੱਜ ਤੋਂ ਬਾਅਦ ਇਹ ਕਰਨਾ ਉਹ ਕਰਨਾ, ਅਸੀਂ ਤੁਹਾਡੇ ਚੈਨਲ ਬੰਦ ਕਰਾ ਦੇਵਾਂਗੇ, ਉਡਾ ਦੇਵਾਂਗੇ। ਇਹ ਡੈਮੋਕ੍ਰੇਸੀ ਦੇ ਵਿੱਚ ਕੋਈ ਬਹੁਤੀ ਹੈਲਦੀ ਗੱਲ ਨਹੀਂ ਸੀਗੀ। ਇਹ ਜਿਹੜੀ ਦਰਖਾਸਤ ਅੱਜ ਸਾਨੂੰ ਮਿਲੀ ਹੈ, ਅਸੀਂ ਸਾਈਬਰ ਸੈੱਲ ਨੂੰ ਇਹ ਮਾਰਕ ਕੀਤੀ ਹੈ ਇਨਕੁਆਇਰੀ ਲਈ, ਜੋ ਵੀ ਇੱਥੇ ਲੋੜੀਂਦੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ। ਸਰ ਪਹਿਲਾਂ ਵੀ ਸਿੱਧੂ ਮੂਸੇਵਾਲੇ ਦੇ ਖਿਲਾਫ਼ ਕਾਫ਼ੀ ਕੰਪਲੇਂਟ ਹੈ, ਇੱਕ ਪਹਿਲਾਂ ਵੀ ਕੰਪਲੇਂਟ ਆਈ ਸੀ, ਉਸ ਦੇ ਉੱਤੇ ਵੀ ਹਜੇ ਤੱਕ ਕੋਈ ਖਾਸ ਕਾਰਵਾਈ ਨਹੀਂ ਕੀਤੀ ਗਈ ਜਿਹਦੇ 'ਚ ਖਾਤਾਪਾਈ ਕੀਤੀ ਗਈ ਸੀ ਪੱਤਰਕਾਰ ਦੇ ਨਾਲ। ਉਹ ਵੀ ਅਸੀਂ ਚੈੱਕ ਕਰ ਲਵਾਂਗੇ, ਜੋ ਵੀ ਇਹਨਾਂ ਕੇਸਿਸ ਦੇ ਵਿੱਚ ਲੋੜੀਂਦੀ ਕਾਰਵਾਈ ਪੁਲਿਸ ਵੱਲੋਂ ਬਣਦੀ ਹੋਵੇਗੀ ਜ਼ਰੂਰ ਕੀਤੀ ਜਾਵੇ। ਫੈਂਸ ਵੱਲੋਂ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਕਮੈਂਟਸ ਵਗੈਰਾ ਕੀਤੇ ਜਾਂਦੇ, ਉਸ ਨੂੰ ਲੈ ਕੇ ਵੀ ਥੋੜ੍ਹਾ ਜਿਹਾ ਸਾਈਬਰ ਸੈੱਲ ਥੋੜ੍ਹਾ ਜਿਹਾ। ਬਿਲਕੁਲ, ਸਾਈਬਰ ਸੈੱਲ ਉਸ ਐਪੀਸੋਡ ਨੂੰ ਵੀ ਦੇਖੇਗਾ, ਜੇ ਕੋਈ ਜੋ ਵੀ ਕੋਈ ਇਸ ਤਰੀਕੇ 'ਤੇ ਕੋਈ ਗਲਤ ਸ਼ਬਦਾਵਲੀ ਵਰਤੀ ਜਾ ਰਹੀ ਹੈ ਉਹਨਾਂ 'ਤੇ ਅਸੀਂ ਚੈੱਕ ਕਰਾਂਗੇ ਐਂਡ ਇਨਕੁਆਇਰੀ ਕਰਕੇ ਲੋੜੀਂਦੀ ਕਾਰਵਾਈ ਕਰਾਂਗੇ। ਸਾਰੇ ਜਿਹੜੇ ਪੰਜਾਬ ਵਿੱਚ ਵੱਖ ਵੱਖ ਜਿਹੜੇ ਸ਼ਹਿਰਾਂ ਵਿੱਚ ਉਹਨਾਂ ਦੇ ਖਿਲਾਫ਼ ਪ੍ਰੋਟੈਸਟ ਵੀ ਹੋ ਰਹੇ ਨੇ, ਸ਼ਿਕਾਇਤਾਂ ਵੀ ਕੀਤੀਆਂ ਜਾ ਰਹੀਆਂ, ਮੰਗ ਪੱਤਰ ਦਿੱਤੇ ਜਾ ਰਹੇ ਨੇ। ਲੁਧਿਆਣੇ ਵਿੱਚ ਵੀ ਅੱਜ ਜਿਹੜੀ ਇੱਕ ਸ਼ਿਕਾਇਤ ਦਰਜ ਕਰਾਈ ਗਈ ਹੈ, ਸੀਪੀ ਸਾਹਿਬ ਨੂੰ ਇੱਕ ਸ਼ਿਕਾਇਤ ਦਿੱਤੀ ਗਈ ਉਹਨਾਂ ਦੇ ਖਿਲਾਫ਼ ਕਿ ਉਹਨਾਂ ਦੇ ਖਿਲਾਫ਼ ਕਾਰਵਾਈ ਹੋਵੇ। ਮੂਸੇਵਾਲ ਲਗਾਤਾਰ ਵਿਵਾਦਾਂ ਵਿੱਚ ਰਿਹਾ ਤਾਂ ਹੁਣ ਨਵੇਂ ਨਵੇਂ ਵਿਵਾਦ ਜਿਹੜੇ ਉਹਦੇ ਸਾਹਮਣੇ ਆ ਰਹੇ ਨੇ। ਇਸ ਵਾਰ ਜੋ ਪੱਤਰਕਾਰਾਂ ਨਾਲ ਵਿਵਾਦ ਦਿੱਤਾ ਉਹ ਕਿੰਨਾ ਕੁ ਉਹਨਾਂ ਨੇ ਭਾਰੂ ਆਉਂਦੇ ਨੇ, ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ। ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਲੁਧਿਆਣਾ ਤੋਂ ਕੁਲਵੀਰ ਰਾਹੀ, ਦਾ ਟੀਵੀ ਐਨ ਆਰ ਆਈ।